ਹਾਂਜੀ ਸਰ, ਕੀ ਨਾਮ? ਅਸ਼ੋਕ ਸਿੰਘ ਨਾਮ ਹੈ ਜੀ ਮੇਰਾ। ਅੱਛਾ ਸਰ, ਕਿਹਾ ਜਾ ਰਿਹਾ ਕਿ ਜਿਹੜਾ 15 ਤਰੀਕ ਨੂੰ ਪਰਚੇਜ਼ ਹੈ ਅਤੇ 22 ਤਰੀਕ ਨੂੰ ਜਿਹੜੀ ਸਟ੍ਰਾਈਕ ਹੈ, ਉਹ ਗਲਤ ਕਿੰਨੀ ਸੱਚਾਈ ਹੈ, ਕੀ ਕਾਰਨ? 15 ਤਰੀਕ ਨੂੰ ਨੋ ਪਰਚੇਜ਼ ਆ ਜੀ, ਕੋਈ ਸ਼ੱਕ ਨਹੀਂ ਹੈ, ਉਹ ਕਰ ਰਿਹਾ। ਇਹ ਜਿਹੜਾ ਡਿਸੀਜ਼ਨ ਹੈ ਸਾਡੀ ਪੰਜਾਬ ਬੋਡੀ ਦਾ ਹੈਗਾ, ਤੋ ਅਸੀਂ ਵੀ ਉਹਦਾ ਪਾਰਟ ਹੈਗੇ ਹਾਂ, ਅਸੀਂ ਵੀ ਉਹਨੂੰ ਮੰਨਾਂਗੇ, ਉਹਦੇ ਨਾਲ ਜਾਣਾ ਪਏਗਾ ਸਾਡਾ। ਸਾਡੇ ਲਈ ਵੀ ਉਹ ਇੰਨੀ ਪ੍ਰੋਬਲਮ ਹੈਗੀ ਹੈ। 22 ਤਰੀਕ ਨੂੰ ਨੋ ਸੇਲ ਹੈ ਇੱਕ ਦਿਨ ਲਈ ਕਿਹਾ ਜਾ ਰਿਹਾ ਹੈਗਾ। ਸੋ ਇਹ ਚੀਜ਼ ਜਿਹੜੀ ਹੈ ਸਾਨੂੰ ਬੜਾ ਨਾ ਚਾਹੁੰਦੇ ਹੋਏ ਵੀ ਕਰਨੀ ਪੈ ਰਹੀ ਹੈ, ਕਿਉਂਕਿ ਸਾਡੇ ਕੋਲ ਕੋਈ ਚੋਇਸ ਨਹੀਂ ਹੈਗੀ। ਵਜ੍ਹਾ, ਪਿਛਲੇ 7 ਸਾਲ ਤੋਂ ਸਾਡਾ ਜਿਹੜਾ ਮਾਰਜਨ ਹੈ, ਸਾਡੀ ਕਮਿਸ਼ਨ ਉੱਥੇ ਦੀ ਉੱਥੇ ਹੀ ਹੈ। ਹਰ ਅਦਾਰਾ, ਹਰ ਜਗ੍ਹਾ, ਹਰ ਜਿਹੜੀ ਪ੍ਰਾਈਵੇਟ ਸੰਸਥਾ ਜਾਂ ਕੋਈ ਵੀ ਫੈਕਟਰੀ ਹੈ ਜਾਂ ਕਿਤੇ ਵੀ ਹੈ, ਸਭ ਦੀ ਕਿਤੇ ਨਾ ਕਿਤੇ ਸਾਲ ਬਾਅਦ ਗਰੋਥ ਹੁੰਦੀ ਹੈ, ਜਾਂ ਕਿਸੇ ਦੀ ਸੈਲਰੀ ਵਧਦੀ ਹੈ, ਕਿਸੇ ਦਾ ਪ੍ਰੋਫਿਟ ਵਧਦਾ ਹੈਗਾ। ਪਿਛਲੇ 7 ਸਾਲ ਤੋਂ 60 ਰੁਪਈਏ ਪੈਟਰੋਲ ਤੋਂ 100 ਰੁਪਈਆ ਹੋ ਗਿਆ, ਪਰ ਸਾਡੀ ਸੈਲਰੀ ਜਿਹੜੀ ਹੈ, ਸਾਡੀ ਜਿਹੜੀ ਕਮਿਸ਼ਨ ਹੈ, ਉਹ 7 ਸਾਲ ਤੋਂ ਉੱਥੇ ਦੀ ਉੱਥੇ ਹੀ ਹੈ। ਅਸੀਂ ਤਾਂ ਬੇਨਤੀ ਕਰਦੇ ਹਾਂ, ਅਸੀਂ ਲੜਨ ਵਾਲੇ ਲੋਕ ਨਹੀਂ ਹੈ, ਅਸੀਂ ਤਾਂ ਪਬਲਿਕ ਦੇ ਨਾਲ ਹਮੇਸ਼ਾ ਹੀ ਰਹਿੰਦੇ ਜੁੜੇ ਰਹਿੰਦੇ ਹਾਂ। ਤਾਂ ਸਟ੍ਰਾਈਕ ਲਵੇ ਤਾਂ ਠੀਕ ਨਹੀਂ ਹੈ, ਸਾਡਾ ਤਾਂ ਮਕਸਦ ਇਹ ਹੈ ਵੀ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਅਤੇ ਸਾਡਾ ਮਸਲਾ ਵੀ ਹੱਲ ਹੋ ਜਾਏ। ਇਹ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਗੱਲ ਮੰਨੀ ਜਾਵੇ। ਅੱਛਾ, ਜੇਕਰ ਮਤਲਬ 22 ਤਰੀਕ ਨੂੰ ਸਟ੍ਰਾਈਕ ਹੁੰਦੀ ਹੈ ਤਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਕੇਜਰੀਵਾਲ ਨੂੰ ਕਾਫੀ ਅਫੜਾ ਤਫੜੀ ਮੱਚ ਗਈ ਸੀ, ਪੈਟਰੋਲ ਮਿਲੇਗਾ ਲੋਕਾਂ ਨੂੰ ਪੈਟਰੋਲ ਮਿਲੇਗਾ? ਦੇਖੋ, ਐਸਾ ਹੈ, ਕੋਈ ਚੀਜ਼, ਕੋਈ ਵੀ ਚੀਜ਼ ਜਿਹੜੀ ਹੈ ਖਤਮ, ਕੋਈ ਵੀ ਚੀਜ਼ ਜਿਹੜੀ ਹੈ ਖਤਮ ਨਹੀਂ ਹੁੰਦੀ ਹੁੰਦੀ, ਹਰ ਚੀਜ਼ ਦਾ ਸਲਿਊਸ਼ਨ ਹੈਗਾ। ਤੋ ਅਸੀਂ ਤਾਂ ਪਬਲਿਕ ਨੂੰ ਕਹਾਂਗੇ ਵੀ ਜਿੰਨਾ ਜ਼ਰੂਰਤ ਹੈ ਉਨਾ ਲਵੋ, ਕਿਉਂਕਿ ਜਦੋਂ ਇਹ ਚੀਜ਼ ਬਣਦੀ ਹੈਗੀ ਹੈ, ਲੋਕ ਜਿਨ੍ਹਾਂ ਨੂੰ ਨਹੀਂ ਵੀ ਚਾਹੀਦਾ ਉਹ ਵੀ ਲੈ ਜਾਂਦੇ ਨੇ, ਅਤੇ ਜਿਨ੍ਹਾਂ ਨੂੰ ਘੱਟ ਚਾਹੀਦਾ ਉਹ ਜ਼ਿਆਦਾ ਲੈ ਜਾਂਦੇ ਨੇ, ਤੋ ਉਸ ਟਾਈਮ ਜਾ ਕੇ ਪ੍ਰੋਬਲਮ ਆਉਂਦੀ ਹੈਗੀ ਹੈ। ਸੋ ਸਾਡੀ ਤਾਂ ਬੇਨਤੀ ਹੈ, ਨੋਬਤ ਹੀ ਨਾ ਆਵੇ ਉਸ ਤੋਂ ਪਹਿਲਾਂ ਸਰਕਾਰ ਸਾਡੀ ਗੱਲ ਮੰਨੇ ਅਤੇ ਸਾਡੇ ਲਈ ਵੀ ਮਸਲਾ ਦੂਰ ਹੋ ਜਾਏਗਾ, ਕਿਉਂਕਿ ਸਾਡੇ ਨਾਲ ਬੜੇ ਲੋਕ ਜੁੜੇ ਨੇ। ਹਰ ਪੰਪ ਦੇ ਉੱਤੇ ਕੋਈ ਨਾ ਕੋਈ, ਜਿੰਨੇ ਮੁਲਾਜ਼ਮ ਨੇ ਉਹਨਾਂ ਦੇ ਅੱਗੋਂ ਬੱਚੇ ਨੇ, ਸਾਡੇ ਬੱਚੇ ਨੇ, ਸਾਡੀਆਂ ਫੈਮਿਲੀਆਂ ਨੇ, ਅਤੇ ਬੜਾ ਵੱਡਾ ਨੰਬਰ ਬਣ ਜਾਂਦਾ ਹੈਗਾ। ਕੋਈ ਸਟ੍ਰਾਈਕ ਲੈਵਲ 'ਚ ਤਾਂ ਵਧੀਆ ਹੈ ਹੀ ਨਹੀਂ, ਸਾਡੀ ਮਜਬੂਰੀ ਹੈ ਨਾ। ਅਸੀਂ ਇਸ ਚੀਜ਼ ਦੇ ਵਿੱਚ ਜਦੋਂ ਕੋਵਿਡ ਵੀ ਸੀਗਾ, ਜਦੋਂ ਸਾਰੇ ਲੋਕ ਘਰਾਂ 'ਚ ਸੀਗੇ, ਇੱਕ ਪੰਪ ਵਾਲੇ ਐਸੇ ਸੀਗੇ ਜਿਹੜੇ ਹਰ ਟਾਈਮ, ਉਸ ਟਾਈਮ ਪਤਾ ਨਹੀਂ ਕਿੰਨੇ ਜੀਣਾ ਕਿੰਨੇ ਮਰਨਾ, ਸਭ ਦੀ ਸੇਵਾ ਪੰਪ ਵਾਲਿਆਂ ਨੇ ਕੀਤੀ ਹੈਗੀ ਹੈ, ਅਤੇ ਅਸੀਂ ਤਾਂ ਹੁਣ ਵੀ ਤਿਆਰ ਹਾਂ। ਮਕਸਦ ਸਾਡਾ ਇਹ ਨਹੀਂ ਹੈ, ਸਾਡੀ ਬੇਨਤੀ ਸੁਣੀ ਜਾਵੇ, ਸਾਡੀ ਜਿਹੜੀ ਪ੍ਰੋਬਲਮ ਹੈ ਜੈਨੂਇਨ ਹੈ, ਉਹ 'ਤੇ ਧਿਆਨ ਦਿੱਤਾ ਜਾਵੇ। ਕਿਤੇ ਨਾ ਕਿਤੇ ਆਮ ਪਬਲਿਕ ਨੂੰ ਤਾਂ ਪਰੇਸ਼ਾਨੀ ਆਏਗੀ ਜੇ ਤੁਸੀਂ ਬੰਦ ਕਰਦੇ, ਤਕਲੀਫ ਹੁੰਦੀ ਹੈ, ਸਾਨੂੰ ਵੀ ਹੁੰਦੀ। ਸਾਡਾ ਕਸਟਮਰ ਹੈ ਰੋਜ਼, ਜਿਹੜਾ ਬੰਦਾ ਸਾਡੇ ਕੋਲ ਆਉਂਦਾ, ਪੈਸੇ ਦੇ ਕੇ ਜਾਂਦਾ, ਚੀਜ਼ ਲੈ ਕੇ ਜਾਂਦਾ, ਅਤੇ ਉਸ ਦਿਨ ਉਹ ਸਾਡੇ ਕੋਲ ਪੈਸੇ ਲੈ ਕੇ ਆਵੇ, ਅਸੀਂ ਚੀਜ਼ ਨਾ ਦਈਏ, ਸਾਡੀ ਵੀ ਦੁਕਾਨਦਾਰੀ ਹੈ, ਅਤੇ ਸਾਨੂੰ ਵੀ ਤਕਲੀਫ ਹੁੰਦੀ ਹੈ। ਅੱਛਾ, ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ? ਅਪੀਲ ਕਰਦੇ ਹਾਂ ਜੀ, ਇਹ ਨੋਬਤ ਨਾ ਆਉਣ ਦਿਓ ਪਲੀਜ਼। ਅਸੀਂ ਬੜੇ ਮਜਬੂਰ ਹਾਂ, ਬੜੇ ਛੋਟੇ ਪੰਪ ਬੰਦ ਹੋ ਚੁੱਕੇ ਨੇ, ਬੜਿਆਂ ਦੇ ਲੋਨ ਹੈਗੇ ਨੇ ਜਿਹੜੇ ਬੈਂਕਾਂ ਨੂੰ ਵਾਪਸ ਨਹੀਂ ਕੀਤੇ ਜਾ ਰਹੇ, ਤੋ ਇਹ ਨੋਬਤ ਨਾ ਆਵੇ। ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਪ੍ਰਤੀ, ਤੁਸੀਂ ਮੀਡੀਆ ਵਾਲੇ ਸਾਡੀ ਗੱਲ ਨੂੰ ਉੱਪਰ ਪਹੁੰਚਾਓ, ਤਾਂ ਜੋ ਇਹ ਜਿਹੜੀ ਚੀਜ਼ ਤੋਂ ਬਚਿਆ ਜਾ ਸਕੇ, ਪਬਲਿਕ ਵੀ ਖੁਸ਼ ਰਹੇ ਅਤੇ ਸਾਡਾ ਮਸਲਾ ਵੀ ਹੱਲ ਹੋ ਜਾਵੇ। ਸਟ੍ਰਾਈਕ ਕੱਲੀ ਪੰਜਾਬ ਦੀ ਸਰ? ਦੇਖੋ, ਐਸਾ ਹੈ, ਪ੍ਰੋਬਲਮ ਜਿਹੜੀ ਹੈ ਨਾ, ਰੋਟੀ ਸਭ ਨੇ ਖਾਣੀ ਹੈ, ਚਾਹੇ ਉਹ ਪੰਜਾਬ ਵਾਲਾ, ਚਾਹੇ ਉਹ ਦਿੱਲੀ ਵਾਲਾ, ਚਾਹੇ ਉਹ ਬੰਬੇ ਵਾਲਾ ਹੈਗਾ, ਤਕਲੀਫ ਸਭ ਦੀ ਬਰਾਬਰ ਦੀ ਹੈ। ਸੋ ਅੱਜ ਪੰਜਾਬ ਹੈ, ਕੱਲ੍ਹ ਹਰਿਆਣਾ ਹੋ ਜਾਏਗਾ, ਫਿਰ ਦਿੱਲੀ ਹੋ ਜਾਏਗਾ, ਸਭ ਨੇ ਅਲਟੀਮੇਟਲੀ ਤਾਂ ਤਕਲੀਫ, ਪੈਨ ਇੰਡੀਆ ਇਹ ਪ੍ਰੋਬਲਮ ਹੈਗੀ ਹੈ। ਸੋ ਛੋਟਾ ਸ਼ਹਿਰ ਹੋਣ ਕਰਕੇ ਸਾਡੇ ਕੋਲੋਂ ਪ੍ਰੋਬਲਮ ਜਿਹੜੀ ਹੈ ਛੋਟੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ 'ਚ ਨੇ, ਤੋ ਤਾਂ ਕਰਕੇ ਇਹ ਸਾਰਾ ਇੰਡੀਆ ਦੇ ਵਿੱਚ ਸੇਮ ਪ੍ਰੋਬਲਮ ਹੈ। ਦੇਖੋ ਜੀ, ਗੱਲ ਇਹ ਆ, ਅਸੀਂ ਲੜਨ ਵਾਲੇ ਬੰਦੇ ਨਹੀਂ ਹੈਗੇ, ਅਸੀਂ ਬੇਨਤੀ ਕਰਾਂਗੇ, ਅਸੀਂ ਫਿਰ ਜਾ ਕੇ ਰਿਕੁਐਸਟ ਕਰਾਂਗੇ। ਤੋ ਐਸੀ ਕੋਈ ਚੀਜ਼ ਨਹੀਂ ਵੀ ਜਿਹੜੀ ਅਸੀਂ ਨਜਾਇਜ਼ ਆ ਜਾਂ ਫਸੀ ਹੈਗੇ ਆ, ਜਾਂ ਜਿਹੜੀ ਚੀਜ਼ ਸਾਡੀ
ਇਹ ਜੈਨੂਇਨ ਪ੍ਰੋਬਲਮ ਹੈ, ਪਬਲਿਕ ਵੀ ਸਮਝਦੀ ਹੈਗੀ। 7 ਸਾਲ 'ਚ ਜਿਹਨੂੰ ਬੰਦੇ ਨੂੰ ਕੋਈ ਫਰਕ ਹੀ ਨਾ ਆਇਆ ਹੋਵੇ, 7 ਸਾਲ 'ਚ ਇੱਕੋ ਸੈਲਰੀ 'ਤੇ ਕੋਈ ਬੰਦਾ ਕੰਮ ਨਹੀਂ ਕਰਦਾ ਹੈਗਾ। ਤੋ ਕਾਇੰਡਲੀ ਸਾਡਾ ਮਕਸਦ ਇਹ ਨਹੀਂ ਹੈਗਾ, ਸਾਡੀ ਮਸਲਾ ਸਿੰਪਲ ਹੱਲ ਕਰ ਦਿਓ ਅਤੇ ਅਸੀਂ ਇਹ ਚੀਜ਼ਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦੇ। ਖਬਰ ਚੱਲਣ ਨਾਲ ਫਿਰ ਲੋਕਾਂ ਨੇ ਪਿਛਲੀ ਵਾਰ ਵਾਂਗੂ ਸਟਾਕ ਬਲੌਕ ਕਰਨਾ ਸ਼ੁਰੂ ਕਰ ਦੇਣਾ, ਇਹ ਮਾੜੀ ਚੀਜ਼ ਹੁੰਦੀ ਹੈ, ਇਹ ਤੋਂ ਅਵੋਇਡ ਕਰੋ। ਚੀਜ਼ ਮੁੱਕਣੀ ਕੋਈ ਨਹੀਂ ਹੈਗੀ ਹੈ, ਸਟਾਕ ਨਾ ਕਰਿਓ। ਇਹ ਘਰ ਰੱਖਣ ਵਾਲੀ ਚੀਜ਼ ਨਹੀਂ ਹੈ, ਇਹ ਘਰ ਰੱਖ ਕੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈਗਾ, ਇਹ ਤਾਂ ਅੱਗ ਹੈ, ਉਹ ਇਹ ਤੋਂ ਬਚੋ। ਇਹ ਤਾਂ ਜਿੰਨੀ ਲੋੜ ਹੈ ਉਨੀ ਇਸਤੇਮਾਲ ਕਰੋ, ਉਸ ਤੋਂ ਇਲਾਵਾ ਜੇ ਰੱਖੋਗੇ ਉਹ ਗਲਤ ਹੈ। ਤੁਹਾਡੇ ਬੱਚੇ ਵੀ ਨੇ, ਉਹਨਾਂ ਤੋਂ ਵੀ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਬਚਾ ਰੱਖੋ।